ਇਸ ਪਿਕਚਰ ਦੇ ਵਿੱਚ ਦੇਖੋ ਕਿ ਬੱਚੇ ਅਲੱਗ-ਅਲੱਗ ਤਰ੍ਹਾਂ ਦੀਆਂ ਜੰਪਿੰਗ ਰਨਿੰਗ ਪਲੇਇੰਗ ਫੁੱਟਬਾਲ ਕ੍ਰਿਕਟ ਐਕਟੀਵਿਟੀਜ਼ ਕਰ ਰਹੇ ਆ ਕੁਝ ਵੇਟ ਲਿਫਟਿੰਗ ਵੀ ਕਰ ਰਹੇ ਆ ਐਕਸਰਸਾਈਜ਼ ਐਂਡ ਗੇਮਸ ਮੇਕ ਦਾ ਬਾਡੀ ਸਟਰੋਂਗ ਐਂਡ ਹੈਲਦੀ ਕਿਉਂਕਿ ਜਿਹੜੀ ਐਕਸਰਸਾਈਜ਼ ਆ ਉਹ ਸਾਡੀ ਬਾਡੀ ਨੂੰ ਸਟਰੋਂਗ ਤੇ ਹੈਲਦੀ ਬਣਾਉਂਦੀ ਆ ਤੁਸੀਂ ਟੀਚਰ ਨੂੰ ਕਹਿੰਦੇ ਸੁਣਿਆ ਹੋਏਗਾ ਸਾਉਂਡ ਮਾਈਂਡ ਇਨ ਦਾ ਸਾਉਂਡ ਬਾਡੀ ਕਿ ਜਿਹੜਾ ਇੱਕ ਤੰਦਰੁਸਤ ਦਿਮਾਗ ਹੈ ਉਹ ਸਿਰਫ ਤੰਦਰੁਸਤ ਸਰੀਰ ਦੇ ਵਿੱਚ ਹੀ ਰਹਿੰਦਾ ਹੈ ਇਸ ਕਰਕੇ ਐਕਸਰਸਾਈਜ਼ਸ ਐਂਡ ਗੇਮਸ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਨੈਕਸਟ ਟਾਪਿਕ ਹੈਗਾ ਬੋਨਸ ਐਂਡ ਮਸਲਸ ਜੇਕਰ ਅਸੀਂ ਆਪਣੀ ਆਰਮ ਦੀ ਉੱਪਰੋਂ ਟੱਚ ਕਰਕੇ ਦੇਖੀਏ ਤੇ ਸਾਨੂੰ ਸੌਫਟ ਪਾਰਟ ਦਿਖਾਈ ਦੇਗਾ ਜਿਹੜਾ ਸੌਫਟ ਪਾਰਟ ਹੈ ਨਾ ਬੱਚੇ ਇਹ ਮਸਲਸ ਹੁੰਦੀਆਂ ਆ ਤੇ ਸਾਡੀ ਬਾਡੀ ਜਿਹੜੀ ਹੈ ਉਹ ਮਸਲਸ ਅਤੇ ਬੋਨਸ ਤੋਂ ਬਣੀ ਹੋਈ ਹੈ ਸਾਡੀ ਬਾਡੀ ਦੇ ਵਿੱਚ नियर अबाउट 500 ਮਸਲਸ ਹੈ ਜਿਹੜੀਆਂ ਕਿ ਸਾਡੀ ਬਾਡੀ ਦਾ ਇੱਕ ਢਾਂਚਾ ਬਣਾਉਂਦੀਆਂ ਆ ਸਾਡੀ ਬਾਡੀ ਨੂੰ ਫਲੈਕਸੀਬਲ ਬਣਾਉਂਦੀਆਂ ਆ ਤੇ ਮਸਲਸ ਤੋਂ ਇਲਾਵਾ ਜੇਕਰ ਅਸੀਂ ਆਪਣੀ ਬਾਡੀ ਨੂੰ ਟੱਚ ਕਰਕੇ ਦੇਖੀਏ ਤੇ ਇੱਕ ਹਾਰਡ ਪਾਰਟ ਮਹਿਸੂਸ ਹੁੰਦਾ ਆ ਇਹ ਜਿਹੜਾ ਹਾਰਡ ਪਾਰਟ ਹੈ ਨਾ ਇਹਨੂੰ ਬੋਲਦੇ ਆ ਬੋਨਸ ਸਾਡੀ ਬਾਡੀ ਦੇ ਵਿੱਚ ਟੋਟਲ 206 ਬੋਨਸ ਹੈ ਇਹ ਜਿਹੜੀਆਂ ਬੋਨਸ ਹੈ ਇਹ ਇੱਕ ਹਾਰਡ ਪਾਰਟ ਹੁੰਦਾ ਹੈ ਇਹਦੇ ਕਰਕੇ ਹੀ ਅਸੀਂ ਆਪਣੀ ਬਾਡੀ ਨੂੰ ਮੂਵਮੈਂਟ ਕਰਾ ਸਕਦੇ ਆ ਹੁਣ ਦੇਖੋ ਕਿ ਮਸਲਸ ਐਂਡ ਬੋਨਸ ਜਿਹੜੀਆਂ ਐਕਸ਼ਨ ਕਿਵੇਂ ਕਰਦੀਆਂ ਆ ਆ ਦੇਖੋ ਜਿਵੇਂ ਇੱਕ ਆਮ ਦੇ ਐਗਜ਼ਾਮਪਲ ਦਿੱਤੀ ਹੋਈ ਆ ਇਹਦੇ ਵਿੱਚ ਜਿਹੜੀਆਂ ਮਸਲਸ ਤੇ ਬੋਨਸ ਆ ਉਹ ਮਿਲ ਕੇ ਕੰਮ ਕਰਦੀਆਂ ਆ ਬੋਨਸ ਆਪਣੇ ਆਪ ਮੂਵ ਨਹੀਂ ਕਰ ਸਕਦੀਆਂ ਮਸਲਸ ਉਹਨਾਂ ਨੂੰ ਮੂਵ ਕਰਨ ਦੇ ਵਿੱਚ ਹੈਲਪ ਕਰਦੀਆਂ ਆ ਬੱਚੇ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਅਸੀਂ ਆਪਣੀਆਂ ਆਈਜ਼ ਨੂੰ ਚਮਕਦੇ ਆ ਉਹ ਵੀ ਮਸਲਸ ਦੇ ਕਰਕੇ ਹੀ ਅਸੀਂ ਆਈਜ਼ ਨੂੰ ਮੂਵ ਕਰਾ ਸਕਦੇ ਆ ऐसे ट्राइन ਜਿਹੜਾ ਸਾਡੀ ਬਾਡੀ ਦੇ ਵਿੱਚ ਹਰਟ ਹੁੰਦਾ ਆ ਹਰਟ ਦੀ ਮੂਵਮੈਂਟ ਵੀ ਮਸਲਸ ਦੇ ਕਰਕੇ ਹੀ ਹੁੰਦੀ ਆ ਸਾਡੀ ਜਿਹੜੀ ਪੂਰੀ ਬਾਡੀ ਆ ਮਸਲਸ ਤੇ ਬੋਨਸ ਤੋਂ ਬਣੀ ਹੋਈ ਆ ਤੇ ਸਕਿਨ ਦੇ ਨਾਲ ਟਕਿਆ ਹੋਇਆ ਇਸ ਕਰਕੇ ਬੱਚੇ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੀਆਂ ਬੋਨਸ ਤੇ ਮਸਲਸ ਦਾ ਖਿਆਲ ਰੱਖੀਏ ਉਹਦੇ ਵਾਸਤੇ ਬਹੁਤ ਜ਼ਰੂਰੀ ਆ ਬੋਨਸ ਤੇ ਮਸਲਸ ਦੀ ਕੇਅਰ ਕਰਨੀ ਆ ਉਹਦੇ ਵਾਸਤੇ ਤਿੰਨ ਚੀਜ਼ਾਂ ਜ਼ਰੂਰੀ ਹੈਗੀਆਂ ਈਟ ਹੈਲਦੀ ਫੂਡ ਡੂ ਐਕਸਰਸਾਈਜ਼ ਡੈਲੀ ਐਂਡ ਮੇਨਟੇਨ ਕਰੈਕਟ ਪੋਸਚਰ ਬੱਚੋ ਕਰੈਕਟ ਪੋਸਚਰ ਹੁੰਦਾ ਕਿ ਸਾਡਾ ਜਿਹੜਾ ਗੱਠਣ ਦਾ ਉੱਠਣ ਦਾ ਖੜੇ ਹੋਣ ਦਾ ਤਰੀਕਾ ਜਿਹੜਾ ਉਹ ਬਿਲਕੁਲ ਸਹੀ ਹੋਵੇ ਇਹ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਪੋਸਚਰ ਜਿਹੜਾ ਉਸ ਅਸੀਂ ਉਹਨੂੰ ਸਹੀ ਕਰਨ ਵਾਸਤੇ ਅਸੀਂ ਹੁਣ ਇਹ ਤੋਂ ਆਪਣੀ ਹੈਬਿਟ ਇਸ ਤਰ੍ਹਾਂ ਦੀ ਬਣਾਣੀ ਹੈ ਕਿ ਜਿਹੜੀ ਸਾਡੀ ਜਿਹੜੀ ਬੋਨਸ ਤੇ ਮਸਲਸ ਆਓ ਹੈਲਥੀ ਰਹਿਣ ਸਭ ਤੋਂ ਪਹਿਲਾਂ ਇਸ ਗੱਲ ਕਰਦੇ ਹਾਂ ਸਿਟਿੰਗ ਪੋਸਚਰ ਦੀ ਇਹਦੇ ਵਿੱਚ ਤੁਸੀਂ ਕੀ ਖਿਆਲ ਰੱਖਣਾ ਹੈ ਕੀਪ ਯੋਰ ਬੈਕ ਸਟ੍ਰੇਟ ਬੈਠਣ ਵੇਲੇ ਹਮੇਸ਼ਾ ਆਪਣੀ ਬੈਕ ਨੂੰ ਸਟ੍ਰੇਟ ਰੱਖਣਾ ਕੀਪ ਯੋਰ ਚੈਸਟ ਅਪ ਤੇ ਟੇਬਲ ਤੋਂ ਆਪਣੀ ਜਿਹੜੀ ਚੈਸਟ ਛਾਤੀ ਹੈ ਉਹਨੂੰ ਉੱਪਰ ਕਰਕੇ ਰੱਖਣਾ ਡੂ ਨਾਟ ਬੈਂਡ ਯੋਰ ਸ਼ੋਲਡਰਸ ਜਦੋਂ ਵੀ ਬੈਠਣਾ ਤੇ ਆਪਣੇ ਮੋਢਿਆਂ ਨੂੰ ਬੈਂਡ ਨਹੀਂ ਕਰਨਾ ਹੇਠਾਂ ਨੂੰ ਝੁਕਾ ਕੇ ਨਹੀਂ ਰੱਖਣਾ ਸਟੈਂਡਿੰਗ ਪਰਸਨ ਜਦੋਂ ਖੜੇ ਹੋਣਾ ਖੜਨੋਂ ਖੜੇ ਹੋਣ ਵੇਲੇ ਸਾਨੂੰ ਕਿਹੜੇ ਚੀਜ਼ਾਂ ਦਾ ਖਿਆਲ ਰੱਖਣਾ ਕੀਪ ਯੋਰ ਬੈਕ ਸਟ੍ਰੇਟ ਆਪਣੀ ਬੈਕ ਜਿਹੜੀ ਹੈ ਉਸਨੂੰ ਹਮੇਸ਼ਾ ਸਟ੍ਰੇਟ ਰੱਖਣਾ ਕੀਪ ਯੋਰ ਚੈਸਟ ਆਊਟ ਆਪਣੀ ਚੈਸਟ ਨੂੰ ਬਾਹਰ ਨੂੰ ਕੱਢ ਕੇ ਰੱਖਣਾ ਐਸਟਰੰਦ ਪਿਕਚਰ ਵਾਂਗ ਖੜੇ ਨਹੀਂ ਹੋਣਾ ਜਾਂ ਝੁੱਕ ਕੇ ਨਹੀਂ ਬੈਠਣਾ ਇਹਦੇ ਨਾਲ ਸਾਡਾ ਪੋਸਚਰ ਜਿਹੜਾ ਉਹ ਖਰਾਬ ਹੋ ਜਾਏਗਾ ਤੇ ਵਾਕਿੰਗ ਪੋਸਚਰ ਵਾਕਿੰਗ ਕਰਨ ਵੇਲੇ ਵਾਕ ਵਿਦ ਯੋਰ ਬੈਕ ਸਟ੍ਰੇਟ ਹਮੇਸ਼ਾ ਆਪਣੀ ਬੈਕ ਸਟ੍ਰੇਟ ਕਰਕੇ ਤੁਰੋ ਕੀਪ ਯੋਰ ਹੈਡ ਅਪ ਹੈਡ ਨੂੰ ਉੱਪਰ ਰੱਖੋ ਸਵਿੰਗ ਯੋਰ ਆਰਮਸ ਫ੍ਰੀਲੀ ਤੇ ਜਿਹੜੀਆਂ ਬਾਹਾਂ ਆ ਉਹ ਫ੍ਰੀਲੀ ਮੂਵ ਕਰ ਸਕਣ ਵਾਕ ਵਿਦ ਯੋਰ ਨੀਜ਼ ਐਂਡ ਐਂਕਲ ਫ੍ਰੀ ਤੇ ਆਪਣੇ ਨੀਜ਼ ਨੀਜ਼ ਹੁੰਦੇ ਗੋਡੇ ਐਂਕਲਸ ਹੁੰਦੇ ਗਿੱਟੇ ਗੋਡੇ ਤੇ ਗਿੱਟੇ ਜਿਹੜੇ ਉਹ ਫ੍ਰੀਲੀ ਮੂਵ ਕਰ ਸਕਣ ਮਰਚਾ ਤੁਸੀਂ ਵੀ ਇੰਨਾਂ ਚੀਜ਼ਾਂ ਦਾ ਖਿਆਲ ਰੱਖਣਾ ਤਾਂ ਕਿ ਤੁਹਾਡਾ ਪੋਸਚਰ ਜਿਹੜਾ ਉਹ ਬਿਲਕੁਲ ਸਹੀ ਹੋਵੇ ਤੇ ਹੈਲਦੀ ਹੋ ਜਾਵੇ ਥੈਂਕ ਯੂ